ਹੁਣ ਤੁਹਾਨੂੰ ਧੀ ਆਫੀਆ ਸਿੱਦੀਕੀ ਵਾਪਸ ਲੈਣੀ ਪੈਣੀ। ਇਸ ਵਾਸਤੇ ਸਾਡੀ ਜਨਾਬ ਮਾਲ ਦੀ ਲੋੜ ਪਈ ਮਾਲ ਵੀ ਹਾਜ਼ਰ ਹੈ, ਜਾਨ ਦੀ ਲੋੜ ਪਈ ਜਾਨ ਵੀ ਹਾਜ਼ਰ ਹੈ। ਮੈਂ ਕਸਮ ਉਠਾ ਕੇ ਕਹਿਣਾ ਉਹ ਸਾਡੀ ਬਹਿਣ ਹੈ, ਉਹਨੂੰ ਲਿਆਓ ਜਿਉਂਦੀ, ਬਾਕੀ ਕੈਦ ਕੱਟਣੀ ਹੈ ਨਾ ਤਾਂ ਮੈਂ ਹਾਜ਼ਰ ਹਾਂ, ਲੈ ਚੱਲੋ ਤੇ। ਬਾਈ ਇਹ ਕਹਿੰਦੇ ਨਾ ਮੁਤਬਾਦਲ ਬੰਦਾ, ਜਿਵੇਂ ਕਹਿੰਦੇ ਥਾਣੇ ਚੋਂ ਬੰਦਾ ਲੈ ਜਾਓ ਇੱਕ ਰਖਵਾ ਜਾਓ ਸਵੇਰੇ ਜ਼ਮਾਨਤ ਕਰਾ ਲੈਣਾ, ਅਸੀਂ ਕਹਿੰਦੇ ਹਾਂ ਸਾਡੀ ਦੀ ਦੇ ਦਿਓ ਉਹਦੇ ਮੁਕਾਬਲੇ ਸਾਨੂੰ ਲੈ ਚੱਲ। ਆਖਰੀ ਗੱਲ ਆਈ ਹੈ ਸਾਡੇ ਕੋਲ, ਸਾਨੂੰ ਲੈ ਚੱਲੋ ਜਨਾਬ ਉੱਥੇ, ਅਸੀਂ ਗੈਰਾਂ ਦੀ ਕੈਦ ਵੇਖ ਲੈ ਗਈ ਹੋਏਗਾ, ਕੁੱਟਣ ਗਈ ਨਾ ਸਹੀ, ਅਸਾਂ ਆਪਣੇ ਬਾਬੇ ਕੋਲ ਸਬਕ ਪੜ ਸੁਣਿਆ ਮਾਰੋ ਮਾਰੋ ਮਾਰ ਮੁਕਾਓ, ਤੇ ਮੇਰਾ ਇਸ਼ਕ ਨਸ਼ੇ ਵਿੱਚ ਆਇਆ। ਇਹਦਾ ਪ੍ਰੋਗਰਾਮ ਬਣਾਇਆ, ਉਹ ਇਸਲਾਮਾਬਾਦ ਜਾ ਕੇ ਗੱਲ ਕਰਾਂਗਾ ਕਿ ਅਸੀਂ ਜਿਤਨੇ ਮੁਤਬਾਦਲ ਹਾਂ ਅਸੀਂ ਤਿਆਰ ਹਾਂ ਸਾਰੇ। ਮੈਂ ਤਾਂ ਤਿਆਰ ਹਾਂ ਬਿਲਕੁਲ, ਕੋਈ ਗੱਲ ਨਹੀਂ ਯਾਰਾ, ਘਰ ਵੀ ਤਾਂ ਸੁੱਤੇ ਰਹਿੰਦੇ, ਮੌਤ ਤਾਂ ਐਵੇਂ ਵੀ ਆ ਜਾਣੀ, ਜ਼ਰਾ ਅਮਰੀਕੀ ਦੀ ਅੱਖਾਂ 'ਚ ਅੱਖਾਂ ਪਾ ਕੇ ਆਏਗੀ ਸਵਾਦ ਹੈ ਜੀ। ਉਹਨਾਂ ਨੂੰ ਦੱਸਾਂਗੇ ਕਿ ਮੁਹੰਮਦ ਅਰਬੀ ਦੇ ਗੁਲਾਮ ਵੀ ਇੰਜ ਹੁੰਦੇ ਨੇ। ਕੋਈ ਗੱਲ ਨਹੀਂ, ਮਰ ਤਾਂ ਐਵੇਂ ਵੀ ਜਾਣਾ, ਕਿਸੇ ਨੇ ਕੋਈ ਪੱਕੀ ਨਹੀਂ ਲਿਖਾਈ ਹੋਈ, ਇੱਥੇ ਸਾਰੇ ਟੁਰ ਗਏ ਹੈ ਜੀ। ਮਰ ਤਾਂ ਐਵੇਂ ਵੀ ਗਏ, ਉਹ ਮੁਸ਼ਰਫ ਜਨਾਬ ਜਿਹੜਾ ਅਮਰੀਕੀਆਂ ਨੂੰ ਅੱਖਾਂ ਨਹੀਂ ਵਿਖਾ ਸਕਿਆ, ਮਰ ਤਾਂ ਗਿਆ ਨਾ, ਡੱਬੇ 'ਚ ਬੰਦ ਹੋ ਕੇ ਇੱਕ ਫਲੈਸ਼ 'ਚ ਆਇਆ। ਔਰ ਮੈਂ ਕਿਹਾ ਚੱਲਿਆ, ਜੇ ਤੂੰ ਇਹਨਾਂ ਦੇ ਸਾਹਮਣੇ ਖਲੋ ਜਾਂਦਾ ਨਾ ਤੇ ਅੱਜ ਪਹਿਲੀ ਸਫ਼ 'ਚ ਖਲੋ ਕੇ ਤੈਨੂੰ ਸਲੂਟ ਪੇਸ਼ ਕਰਨਾ ਸੀ। ਸਾਡੀ ਮੁਹੱਬਤ ਔਰ ਨਫ਼ਰਤ ਦਾ ਮਿਆਰ ਹੀ ਇਹ ਬਹੁਤ ਸਾਦਾ ਸਾ ਹੈ, ਉਸੂਲ ਦੋਸਤੀ ਕੋਸਰ ਆਪਣਾ, ਜੋ ਉਸ ਸੇ ਬੇਤਾਲੁਕ ਹੋ ਵੋ ਹਮਾਰਾ ਹੋ ਨਹੀਂ ਸਕਦਾ, ਜਿਹੜਾ ਕਾਦੀਆਨੀਆਂ ਦਾ ਯਾਰ ਹੋਵੇ ਉਹ ਸਾਡਾ ਨਹੀਂ ਹੋ ਸਕਦਾ, ਜਿਹੜਾ ਮਰਜ਼ਈਆਂ ਦਾ ਯਾਰ ਹੋਵੇ ਉਹ ਸਾਡਾ ਨਹੀਂ ਹੋ ਸਕਦਾ, ਜਿਹੜਾ ਧੀ ਫਰੋਸ਼ ਹੋਵੇ ਉਹ ਸਾਡਾ ਨਹੀਂ ਹੋ ਸਕਦਾ, ਜਿਹੜਾ ਕਸ਼ਮੀਰ ਫਰੋਸ਼ ਹੋਵੇ ਉਹ ਸਾਡਾ ਨਹੀਂ ਹੋ ਸਕਦਾ। ਆਪਣਿਆਂ ਦੀ ਕੈਦ ਕੱਟਣ ਦਾ ਤਜਰਬਾ ਹੋ ਚੁੱਕਿਆ, ਚਲੋ ਅਲਾਮਾ ਫਜ਼ਲਿਆ ਖੈਰਾਬਾਦੀ ਸਾਹਿਬ ਦੀ ਸੁਨਤ ਹੀ ਸਹੀ, ਗੈਰਾਂ ਦੀ ਕੈਦ ਵੀ ਕੱਟ ਆਵਾਂਗੇ। ਉਹ ਕਿਹੜੇ ਮਰ, ਜੇ ਮਰ ਵੀ ਗਿਆ ਤਾਂ ਕਿਹੜੀ ਚਾਹੀਦੀ, ਬਾਬਾ ਜੀ ਨੇ ਬੜਾ ਰਾਜ਼ੀ ਹੋ ਜਾਣਾ। ਬਸ ਇਤਨੀ ਗੱਲ ਹੈ ਕਿ ਪਹਿਲੇ ਆਖਦੇ ਨਾ ਬਈ ਥਾਣੇ ਜਾ ਕੇ ਵੀ ਲੱਭੈਕ, ਹੱਥਕੜੀ ਪਾ ਕੇ ਵੀ ਲੱਭੈਕ, ਜੇਲ੍ਹਾਂ ਵਿੱਚ ਜਾ ਕੇ ਵੀ ਲੱਭੈਕ, ਕੋਈ ਗੱਲ ਨਹੀਂ ਫਿਰ ਅਮਰੀਕਾ ਦੀ ਜੇਲ੍ਹ 'ਚ ਜਾ ਕੇ ਵੀ ਲੱਭੈਕ।